ਜੀ ਇੱਕ ਤਾਂ ਇਹ ਜੀ ਜਿਹੜਾ ਆਪਾਂ ਦੱਸਿਆ ਸੀ ਨਾ ਘਰਾੜਿਆਂ ਤੋਂ ਹੀ ਤੇ ਕੱਟੇ ਦੀ ਕਰਜੀ ਚ ਵੀ ਇੱਕ ਨੱਕ ਚ ਆਪਣਾ ਇੱਕ ਡ੍ਰੌਪ ਪਾ ਕੇ ਗਊ ਦੇ ਘਿਓ ਦਾ ਤੇ ਉਹਨੂੰ ਜ਼ੋਰ ਦੀ ਤੁਹਾਨੂੰ ਸੁਮਕਾ ਮਾਰਿਆ ਪੂਰਾ ਜਿਵੇਂ ਵਾਲੇ ਉੱਤੋਂ ਮਗਜ ਚੁੱਪੜਿਆ ਜਾ ਤੇ ਪੰਜ ਕੁ ਮਿੰਟ ਜਦੋਂ ਪੈ ਜਾਣ ਫਿਰ ਉਹ ਨਾਸ ਬੰਦ ਕਰਕੇ ਦੂਜੀ ਜਵੀ ਦੀ ਪਾਓ ਤੇ ਕੱਟੇ ਦੀ ਐਲਰਜੀ ਜਿਹੜੀ ਹਟ ਜਾਂਦੀ ਹੈ ਤੇ ਜੇ ਜ਼ਿਆਦਾ ਵੀ ਕਿਸੇ ਵੇਲੇ ਦੂਰ ਨੇੜੇ ਧੂੜ ਚੋਂ ਵੀ ਲੰਘਿਆ ਕਿਸੇ ਵੇਲੇ ਜੇ ਬਾਗ ਦੇ ਡਾਲ ਲੱਗੋ ਉਹਦੀ ਸਮੈਲ ਨਾਲ ਵੀ ਇੱਕ ਚਮਚਾ ਅਦਰਕ ਹੋ ਜਾਂਦੀ ਐਲਰਜੀ ਇੱਕ ਚਮਚਾ ਅਦਰਕ ਦਾ ਇੱਕ ਚਮਚਾ ਸ਼ਹਿਦ ਦਾ ਵਿੱਚ ਦੋ ਕੁ ਚੁਟਕੀਆਂ ਹੀ ਤੁਸੀਂ ਕਾਲੀ ਮਿਰਚ ਤੇ ਦੋ ਕੁ ਚੁਟਕੀਆਂ ਸੁੰਨ ਦੀਆਂ ਇਹ ਮਿਕਸ ਕਰਕੇ ਇੱਕੇ ਵੇਲਾ ਨੀ ਖਾਣਾ ਤੁਸੀਂ ਉਂਗਲੀ ਨਾਲ ਥੋੜਾ ਥੋੜਾ ਕਰਕੇ ਉਹਨੂੰ ਚੱਟਣਾ ਹੈ ਤੇ ਤੁਹਾਨੂੰ ਤਾਂ ਵੀ ਤੁਹਾਡੀ ਐਲਰਜੀ ਜਿਹੜੀ ਅੜ ਜਾਂਦੀ ਕੋਈ ਚੀਜ਼ ਜਿਹੜੀ ਦੋਵਾਂ ਚੋਂ ਇੱਕ ਫਾਰਮੂਲਾ ਕੋਈ ਵਰਤ ਲਓ।